ਲੇਕਿਨ ਲੀਡਰ ਕੋਈ ਜਾਨਦਾਰ ਕਹਿੰਦੇ ਹੁਣ ਜਿਹਨਾਂ ਦਾ ਕੇਸ ਰਿਪ੍ਰੈਜੈਂਟ ਕਰਨਾ ਪਿਆ ਹੋਵੇ ਦੁਰਾਨੀ ਸ਼ਰਮ ਆਉਂਦੀ ਹੈ ਵੀ ਉੱਤੇ ਤੁਸੀਂ ਇਸਲਾਮਾਬਾਦ ਵਾਲੇ ਖਿੱਚਦੇ ਹੋਏ ਅਗਲੇ ਜਿਹੜੇ ਮੇਰੇ ਕੋਲ ਤੁਹਾਡੇ ਸੱਜਣ ਨੇ ਫੋਨ ਕੀਤਾ ਕਿਸੇ ਅਗਰ ਤੁਹਾਡਾ ਕੇਸ ਇਹੋ ਅੱਗੋਂ ਨੁਮਾਇੰਦਗੀ ਕਰੇ ਸੀ ਵੱਲ ਕਿਆ ਸਮਝੋ ਤੁਸਾਂ ਵੀ ਉੱਥੇ ਮੌਜੂਦ ਹੀ ਵੇ ਪਏ ਅਗਰ ਦੁਰਾਨੀ ਸਾਹਿਬ ਕੋ ਦਾ ਸਭ ਬੁਰਾ ਭਲਾ ਆਖੋ ਕਿ ਦੁਰਾਨੀ ਸਾਹਿਬ ਕੋ ਤਾਂ ਨਹੀਂ ਵਜਣਾ ਚਾਹੀਦਾ ਤੁਸਾਂ ਉੱਥੇ ਮੌਜੂਦ ਹੀ ਵੇ ਪਏ ਤਸਲੀਮ ਨਵਾਜ਼ ਗਰਦੇਜ਼ੀ ਸਾਹਿਬ ਮੌਜੂਦ ਹਨ ਪਏ ਮਤਿਆਨਾ ਫੈਮਿਲੀ ਰਿਆਜ਼ ਪੀਰਜ਼ਾਦਾ ਸਾਹਿਬ ਨਾ ਨਹੀਂ ਸੁਣਨਾ ਚਾਹੁੰਦੇ ਮਤਲਬ ਦੁਰਾਨੀ ਸਾਹਿਬ ਕੋਈ ਤੁਸਾਂ ਆਂਦੇ ਵੇ ਕਿ ਇੰਨਾ ਕੋਈ ਵਾਪਸ ਸਾਦਗੀ ਨੂੰ ਇਸਲਾਮਾਬਾਦ ਤੇ ਤੁਸਾਂ ਵੀ ਆਂਦੇ ਵੇ ਕਿ ਅਸੀਂ ਸਾਕੇ ਨਹੀਂ ਨਹੀਂ ਥੀਂਦਾ ਅਸਾਂ ਮਜਬੂਰ ਹੀ ਸੀ ਤੇ ਕਾਂਗਰਸ ਸੀ ਅਸਾਂ ਆਦਰ ਸੀ ਇਹਨਾਂ ਨੇ ਜਿਵੇਂ ਮੁਸ਼ਰਫ ਕੋਲ ਛੋੜ ਤੇ ਭੱਜ ਗਏ ਨਾ ਵਾਕਿਫ ਨੇ ਅਸਾਂ ਆਪਣੀ ਨੁਮਾਇੰਦਗੀ ਸਾਡੇ ਕੋਲ ਨਵਾਬ ਬਹਾਵਲਪੁਰ ਮੌਜੂਦ ਹੈ ਸਾਡੇ ਕੋਲ ਆਮ ਆਦਮੀ ਮੌਜੂਦ ਹੈ ਜਿਹੜਾ ਡੱਕੀ ਜੇ ਬਦੀ ਜੇ ਇਹਦਾ ਕਿਹਾ ਕੰਮ ਹੈ ਇਹ ਤਾਂ ਵੀ ਕਹੂੰ ਵਾਲੇ ਸਵੇਰੇ ਅਸੀਂ ਗੋ ਮੋਸੀ ਵਾਲੀ ਕੋ ਕਿੱਥੋਂ ਗੁਲੇ ਸੋ ਚਲੋ ਅਸਾਂ ਇਹਨਾਂ ਕੋ ਸਾਈਡ ਤੇ ਅਸਾਂ ਦੁਰਾਨੀ ਸਾਹਿਬ ਕੋ ਸਾਈਡ ਤੇ ਕਰ ਗਿੰਦੇ ਵੀ ਦੁਰਾਨੀ ਸਾਹਿਬ ਇਹ ਪੂਰੀ ਗੇਮ ਵਿੱਚ ਕੋਈ ਨਹੀਂ ਉਹ ਮਤਲਬ ਖਾਮੋਸ਼ ਥੀ ਵਣਨ ਜੀ ਤੁਹਾਡੀ ਤਰਫੋਂ ਕੀ ਕੰਟਰੀਬਿਊਸ਼ਨ ਆਣਾ ਬਈ ਅਸਾਂ ਤੁਸੀਂ ਆਪਣਾ ਪੂਰਾ ਤੁਸੀਂ ਜਿਹੜਾ ਅੱਛਾ ਤੁਸੀਂ ਆਓ ਸਾਡੇ ਪ੍ਰੋਗਰਾਮ ਅਸਾਂ ਹਰ ਗਲੀ ਹਰ ਮਹੱਲਾ ਕਿਉਂਕਿ 40 ਸਾਲ ਦਾ ਉਹ ਸੀਗੇ 70 ਜਿਹੜੇ ਲੋਕ ਬਣੇ ਹਨ ਉਹ ਵਾਂਝ ਤੇ ਉੱਥੋਂ ਦੀ ਕਾ ਗਿਆ ਸਿਵਾਏ ਮੀਆਂ ਨਿਜ਼ਾਮਉਦੀਨ ਦੇ ਤੇ ਨੂਰ ਮੁਹੰਮਦ ਹਾਸ਼ਮੀ ਦੇ ਤੋਂ ਲੋਕਾਂ ਦੇ ਵਿੱਚ ਉਹ ਦਾ ਉਹ ਜਜ਼ਬਾ ਹੈ ਪਿਆ ਅਸਾਂ ਲੋਕਾਂ ਨੂੰ ਕੱਢੇਂਦੇ ਪਿਆ ਆਮ ਆਦਮੀ ਕੋ ਅਸਾਂ ਕੋਈ ਲੀਡਰਾਂ ਤੇ ਨਹੀਂ ਸੀ ਇਤਬਾਰ ਕੀਤੀ ਖੜੇ ਅਸਾਂ ਪਹਿਲੇ ਵਾਲਾ ਦੇਖਾ ਖਾਊ ਸਾਨੂੰ ਬਿਲਕੁਲ ਯਕੀਨ ਹੈ ਕਿ ਅਸਾਂ ਇਹ ਤਹਿਰੀਕ ਇਨਸ਼ਾਅੱਲਾ ਜਿਹੜੇ ਨਵੀਂ ਜਨਰੇਸ਼ਨ 40 ਸਾਲ ਦੇ ਗੈਪ ਤੇ ਜਿਹੜੇ ਦੀਆਂ ਮੈਨ ਉਹਨਾਂ ਕੋ ਪੂਰੀ ਤਰ੍ਹਾਂ ਦਿਸਣੇ ਪਿਆ ਬਾਬਾ ਸਾਰੀ ਤੁਹਾਡੀ ਮੱਡੀ ਹੈ ਜਿਹੜੀ ਲਾਹੌਰ ਖਾਦੀ ਵੇਲੇ ਉਹ ਸਾਡੇ ਸਰਾਇਕੀ ਸੂਬੇ ਦੇ ਨਾਲ ਕੋਈ ਕਲੈਸ਼ ਬਣਦਾ ਹੀ ਕੋਈ ਨਹੀਂ ਅਸਾਂ 250 ਸਾਲ ਪਹਿਲੇ ਇੱਕ ਨੂੰ ਆਸੇ ਵੱਜ ਜਿਹੜੇ ਪਾਕਿਸਤਾਨ ਬਣੇ ਮੇਰੇ ਤੁਸਾਂ ਅਸੈਂਬਲੀ ਦੇ ਵਿੱਚ ਉਹਲੇ ਜਿਹੜੇ 88 ਮਹਿਮ ਉਹਲੇ ਚਾਹ ਤੇ ਮੇਰੇ ਬਹਿਸਤ ਵਜ਼ੀਰ ਦੇ ਉਹ ਦੇਖੋ ਮੈਂ ਹੁਣ ਤੱਕ ਆਪਣੀ ਉਹ ਦਿੱਤੀ MCD ਅਗਰ ਤੁਸਾਂ ਭਾਈ ਸਾਹਿਬ ਕੋ ਲਿਖਿਆ ਤਾਂ ਪਤਾ ਲੱਗ ਵੇ ਸੀ ਕਿ ਮੈਂ ਕਿਆ ਕੁਝ ਆਖਿਆ ਮੈਂ ਤਾਂ ਸੁਣਦਾ ਰਹਿ ਗਿਆ ਸੀ ਮੈਂ ਕੋ ਤੁਹਾਰੇ ਵਿਊ ਸੁਣਦਾ ਉਹਦੇ ਕੋਈ ਯਾਨੀ ਮੌਜੂਦਾ ਅਸਾਂ ਸਿਚੁਏਸ਼ਨ ਦੇ ਪਿਆ ਸੀ ਕਿ ਆਖਿਰ ਲੀਡ ਹੀ ਕੋ ਕੌਣ ਕਰੇ ਸੀ ਤੁਸਾਂ ਆਦੇ ਪਏ ਵੇ ਕਿ ਅਸਾਂ ਹੀ ਕਰੇ ਸੂ ਔਰ ਸਾਰੇ ਲੋਕ ਕਰੇ ਸਨ ਬਹੁਤ ਸ਼ੁਕਰੀਆ ਸਾਹਿਬ ਜੁਆਇਨ ਕਰਾਉਣ ਦਾ ਤੁਹਾਡਾ ਲੇਕਿਨ ਮੈਂ ਇੱਕ ਚੀਜ਼ ਸਮਝਣਾ ਚਾਹਨਾ ਫਰੂਕ ਅਜ਼ਮ ਮਲਿਕ ਸਾਹਿਬ ਬੜੇ ਮਿਹਰਬਾਨ ਨੇ ਬੜੇ ਅੱਛਾ ਉਹਨਾਂ ਦਾ ਖਿਆਲ ਕਰੇ ਨਹੀਂ ਮਿਹਰਾ ਦੇ ਬੜੇ ਯਾਰ ਜੀ ਯਾਦ ਹੀਨ ਪਏ ਤੁਸੀਂ ਬਹਾਵਲਪੁਰ ਬਣੇ ਤਾਂ ਨਹੀਂ ਮੈਂ ਵੀ ਬਹਾਵਲਪੁਰ ਬਣਿਆ ਤਾਂ ਮਲਿਕ ਸਾਹਿਬ ਕੋ ਜ਼ਰੂਰ ਮਿਲਦਾ ਲੇਕਿਨ ਮੈਂ ਇਹ ਚੀਜ਼ ਨਿਯਾ ਕਰਨਾ ਚਾਹਨਾ ਕਿ ਅਗਰ ਮੈਂ ਤਾਂ ਕੋਈ ਸਖਤ ਗੱਲ ਨਹੀਂ ਕਰਨਾ ਚਾਹਦਾ ਨਹੀਂ ਅਗਰ ਜਹਾਂਗੀਰ ਖਾਨ ਤਰੀਨ ਸਾਹਿਬ ਬਹਾਦਰ ਖਾਨ ਸੀਅਰ ਸਾਹਿਬ ਮੁਹੰਮਦ ਅਲੀ ਦੁਰਾਨੀ ਸਾਹਿਬ ਜਮਾਲ ਲਗਾਰੀ ਸਾਹਿਬ ਜਮਸ਼ੀਰ ਦਸਤੀ ਸਾਹਿਬ ਅਗਰ ਉਹ ਓਪਨਲੀ ਆ ਕੇ ਪਬਲਿਕ ਦੇ ਸਾਹਮਣੇ ਆ ਕੇ ਇਹ ਚੀਜ਼ ਆਦੇਨ ਤਾਂ ਸਭ ਉਹਨਾਂ ਦੇ ਉੱਤੇ ਇਤਬਾਰ ਵੀ ਕਰਨਾ ਚਾਹੀਦਾ ਇਤਰਾਜ਼ ਦੁਰਾਨੀ ਸਾਹਿਬ ਦੇ ਉੱਤੇ ਉਹਨਾਂ ਨੇ ਉਹਨਾਂ ਚਾਰ ਦੇ ਇਤਰਾਜ਼ ਨਹੀਂ ਕੀਤਾ ਮਲਿਕ ਸਾਹਿਬ ਨਹੀਂ ਉਹਨਾਂ ਨੇ ਨਹੀਂ ਮਤਲਬ ਦੁਰਾਨੀ ਸਾਹਿਬ ਵੀ ਅਗਰ ਬਹਾਵਲਪੁਰ ਗਏ ਉਹ ਕੀ ਆਦੇ ਵਧਨ ਮਤਲਬ ਇਹੋ ਦੱਸੇ ਨੇ ਵਧਨ ਨਾ ਕਿ ਬਾਵਤ ਹੈ ਹੁਣ ਮਤਲਬ ਅਗਰ ਮਲਿਕ ਸਾਹਿਬ ਪ੍ਰੋਗਰਾਮ ਸੁਣਦੇ ਬੈਠਾ ਮੇਰਾ ਖਿਆਲ 2 ਮਿੰਟ ਵਾਸਤੇ ਆਵਾਜ਼ ਬੰਦ ਕਰ ਰਹੇ ਨਾ ਤਾਂ ਕਿ ਉਹਨਾਂ ਤਾਈਂ ਮੇਰੀ ਗੁਫ਼ਤਗੂ ਨਾ ਪਹੁੰਚੇ ਤੇ ਮੈਨੂੰ ਕੋਈ ਨਵੀਂ ਭਰਾ ਤੋਂ ਫੈਂਟੀ ਨਾ ਲੱਗੇ ਅਗਰ 2 ਮਿੰਟ ਦਿਓ ਅਗਰ ਮੇਰੇ ਕੋ ਆਈ ਹੋਪ ਕਿ ਮਲਿਕ ਸਾਹਿਬ ਨੇ ਇਹ ਕੋ ਮਿਊਟ ਕਰ ਦਿੱਤਾ ਸੀ ਗੱਲ ਕਿ ਦੁਰਾਨੀ ਸਾਹਿਬ ਕੋ 2-4 ਉਹਨਾਂ ਕੋ ਹਿਊਜ ਐਡਵਾਂਟੇਜਸ ਹਨ ਜਿਹੜੇ ਉੱਥੋਂ ਦੇ ਬਹਾਵਲਪੁਰ ਬੇਸ ਜਿਹੜੇ ਲੀਡਰਸ਼ਿਪ ਹਨ ਉਹਦੇ ਕੋਲ ਕੋਈ ਨਹੀਂ ਜਿਹੜੀ ਵਜ੍ਹਾ ਤੋਂ ਉਹਨਾਂ ਦਾ ਇੱਕ ਨੈਸ਼ਨਲ ਸੀਨ ਦੇ ਉੱਤੇ ਆਉਣਾ ਉਹਨਾਂ ਦਾ ਆਪਣਾ ਆਪ ਕੋ ਪੋਰਟਰੇ ਕਰਨਾ ਐਜ਼ ਅ ਲੀਡਰ ਆਫ ਜਾਂ ਰੈਸਟੋਰੇਸ਼ਨ ਆਫ ਬਹਾਵਲਪੁਰ ਉਹ ਹਲਟ ਕਰਨ ਮਸਲਨ ਕਿਉਂ ਉਹ ਇੱਥੇ ਇਨਫੋਰਮੇਸ਼ਨ ਮਿਨਿਸਟਰ ਰਹਿ ਗਏ ਦੁਰਾਨੀ ਸਾਹਿਬ ਉਹਨਾਂ ਦੇ ਤਮਾਮ ਮੀਡੀਆ ਹਾਊਸਿਸ ਨਾਲ ਮਾਲਕਾਂ ਨਾਲ ਦੋਸਤ ਹਨ ਬਿਕਾਸ ਕਿ ਉਹਨਾਂ ਨਾਲ ਉਹ ਇਸ਼ਤਿਹਾਰਾਤ ਦੇਵਣਾ ਗਿਣਣਾ ਦੀ ਰਾਤ ਮਿਲਦੇ ਹਨ ਨੰਬਰ 1 ਇੱਥੇ ਜਿਤਨੇ ਸਹਾਫ਼ੀ ਇਨ ਪੇ ਇੱਕ ਉਹ ਪਰਸਨਲੀ ਤੌਰ ਤੇ ਜਾਣਦੇ ਕਿਉਂਕਿ ਇਨਫੋਰਮੇਸ਼ਨ ਮਿਨਿਸਟਰ ਹੈ ਅੱਛਾ ਵਲਾ ਇਨਫੋਰਮੇਸ਼ਨ ਮਿਨਿਸਟਰ ਹੋਣ ਦੀ ਵਜ੍ਹਾ ਤੋਂ ਉਹਨਾਂ ਕੋ ਟੂਲਸ ਹੀ ਪਤਾ ਹੈ ਕਿ ਸਾਫੀਆਂ ਨੂੰ ਕੋ ਕਿਵੇਂ ਕਲਟੀਵੇਟ ਕਰੀਂਦੇ ਖਬਰ ਕਿਵੇਂ ਲਵੀਂਦੀ ਹੈ ਆਪਣਾ ਫੁਟੇਜ ਕਿਵੇਂ ਚਲਵੀਂਦੇ ਕੈਮਰੇ ਦੇ ਉੱਤੇ ਕਿਵੇਂ ਆਵੀਂਦੇ ਇਹਦਾ ਡਿਸਪਲੇ ਕਿਵੇਂ ਕਰੀਂਦੇ ਉਹ ਲਿਹਾਜ਼ਾ ਜਿਹੜੇ ਵੇਲੇ ਕੋਈ ਐਕਟੀਵਿਟੀ ਬ੍ਰੇਕ ਹੈ ਮੈਨੂੰ ਪਤਾ ਹੈ ਜ਼ਿਆਦਾ ਦੇਰ ਤੋਂ ਫੂਕ ਆਸ ਮਲਿਕ ਸਾਹਿਬ ਰਿਲੇਟਡ ਗੁਫ਼ਤਗੂ ਨਹੀਂ ਸੁਣਦਾ ਨਹੀਂ ਨਹੀਂ ਹਾਲਾਂਕਿ ਮਲਿਕ ਸਾਹਿਬ ਨੇ ਮੈਨੂੰ ਯਕੀਨ ਹੈ ਮਿਊਟ ਕਰ ਦਿੱਤਾ ਉਸੇ ਮੇਰੀ ਦਰਖਾਸਤ ਨਹੀਂ ਮਲਿਕ ਸਾਹਿਬ ਦੀ ਚਲੋ ਵਾਪਸ ਆ ਕੇ ਮੈਂ ਆਪਣਾ ਆਰਗੂਮੈਂਟ ਪੂਰਾ ਕਰੇ ਸਾਂ ਕਿ ਦੁਰਾਨੀ ਸਾਹਿਬ ਦੇ ਅਗੇਂਸਟ ਇਹ ਜਰਾ ਇੱਕ ਜਜ਼ਬਾ ਹੈ ਪਿਆ ਉਥਾਂ ਜਿਹੜਾ ਕਿ ਤਮਾਮ ਹੀ ਮੁਸ਼ਤਰਕ ਮੈਂ ਡਿੱਠੇ ਉਹਦੇ ਪਿੱਛੇ ਥੋੜਾ ਕੁਝ ਨਹੀਂ ਮੈਂ ਆਦਾ ਕਿ ਉੱਥੋਂ ਦੀ ਬਹਾਵਲਪੁਰ ਦੀ ਲੀਡਰਸ਼ਿਪ ਹੈ ਜਿਹੜੀ ਫਰੂਕ ਆਜ਼ਮ ਮਲਿਕ ਸਾਹਿਬ ਔਰ ਬਾਕੀ ਆਪ ਦੁਰਾਨੀ ਸਾਹਿਬ ਆਪੇ ਪਿੱਛਾ ਚੱਲੇ ਵੈਸੇ ਨੇ ਲੀਡ ਕਰਨ ਸ਼ੁਰੂ ਕਰ ਦੇ ਗੱਲ ਕਰੇ ਨੇ ਬ੍ਰੇਕ ਗਿੰਦੇ ਪਏ ਸੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ